ਜੀ ਕਿਵੇਂ ਤੁਸੀਂ ਸਾਰੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 2023 ਦਾ ਇੰਗਲਿਸ਼ ਇਲੈਕਟਿਵ ਦਾ ਪੇਪਰ ਡਿਸਕਸ ਕਰਾਂਗੇ ਫਾਰ தி ਸੈਮੈਸਟਰ 3 ਠੀਕ ਹੈ ਇੰਗਲਿਸ਼ ਲਿਟਰੇਚਰ ਫ্রম 14th ਟੂ 18th ਸੈਂਚਰੀ ਜਿਹੜਾ ਹੈਗਾ ਤੁਹਾਡਾ ਪੇਪਰ ਦਾ ਨਾਮ ਹੈ ਸੋ ਕਿਹੜੇ ਕਿਹੜੇ ਕੁਐਸਚਨ ਲਾਸਟイヤー ਆਏ ਸੀ ਸੋ ਫਸਟ ਆਫ ਆਲ ਦਾ ਦੋਸਤੋ ਫਟਾਫਟ ਸ਼ੇਅਰ ਕਰ ਦਿਓ ਬਿਕਾਜ਼ ਸ਼ੇਅਰਿੰਗ ਇਜ਼ ਕੇਅਰਿੰਗ ਸੋ ਸ਼ਾਰਟ ਨੋਟਸ ਆਂਦੇ ਨੇ 4 4 ਦੇ ਵਿੱਚੋਂ ਕੋਈ ਵੀ ਦੋ ਆਪਾਂ ਕਰਨੇ ਹੁੰਦੇ ਨੇ 250 ਇਹਨਾਂ ਦੀ ਵਰਡ ਲਿਮਿਟ ਹੁੰਦੀ ਹੈ ਤਾਂ ਪਿਛਲੇ ਸਾਲ ਕਿਹੜੇ ਆਏ ਸੀ ਸਟ੍ਰਕਚਰ ਆਫ ਡਰਾਮਾ ਡਰਾਮੈਟਿਕ ਕਨਵੈਂਸ਼ਨਸ ਸਟੇਜ ਡਾਇਰੈਕਸ਼ਨਸ ਐਂਡ ਸੋਲੀਲੋਕਿਊ ਤਾਂ ਇਹ ਇੰਪੋਰਟੈਂਟ ਕੁਐਸਚਨ ਹੈ ਤੇ 5 ਨੰਬਰ ਦਾ ਇੱਕ ਆਉਂਦਾ ਠੀਕ ਹੈ ਮਤਲਬ ਇੱਥੋਂ ਦੀ ਜਿਹੜਾ ਹੈਗਾ ਤੁਹਾਡੇ 10 ਨੰਬਰ ਤੇ ਦੋ ਬਣ ਜਾਣਗੇ ਉਸ ਤੋਂ ਬਾਅਦ ਕੁਐਸਚਨ ਆਏ ਹੋਏ ਨੇ ਦੋ ਲੌਂਗ ਦੋ ਲੌਂਗ ਦੇ ਵਿੱਚੋਂ ਆਪਾਂ ਨੇ ਇੱਕ ਕਰਨਾ ਹੈ ਇੱਕ ਤਾਂ ਆਇਆ ਸੀ ਲਾਸਟ ਈਅਰ ਮੀਨ ਕੈਰੈਕਟਿਸਟਿਕਸ ਆਫ ਮੈਟਾਫਿਜ਼ੀਕਲ ਪੋਇਟਰੀ ਅਤੇ ਨਾਲ ਹੀ ਨੋਟ ਓਨ ਰੈਸਟੋਰੇਸ਼ਨ ਕਾਮੇਡੀ ਤਾਂ ਇਹ ਦੋਨਾਂ ਕੁਐਸਚਨਾਂ ਦੇ ਵਿੱਚੋਂ ਇੱਕ ਕਰਨਾ ਹੈ ਠੀਕ ਹੈ ਅਗਲਾ ਜਿਹੜਾ ਕੁਐਸਚਨ ਜਿਹੜਾ ਹੈ ਤੁਹਾਨੂੰ ਆਉਂਦਾ ਹੈ ਉਹ ਹੈ ਸ਼ਾਰਟ ਨੋਟਸ ਓਨ ਐਨੀ 2 ਦੋ ਸ਼ਾਰਟ ਨੋਟ ਕਰਨੇ ਨੇ ਐਜ਼ ਯੂ ਲਾਈਕ ਇਟ ਪਾਰਟਨਰਸ ਟੇਲ ਡਾਕਟਰ ਫੋਸਟਰਸ ਰੇਪ ਆਫ ਦਾ ਲੋਕ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਦੋ ਕਰਨੇ ਨੇ ਚਾਰੋਂ ਹੀ ਇੰਪੋਰਟੈਂਟ ਹੈ ਸੋ ਉਸ ਤੋਂ ਬਾਅਦ ਹੈ ਯੂਨਿਟ 2 ਯੂਨਿਟ 2 ਦੇ ਵਿੱਚ ਜਿਹੜਾ ਹੈ ਅ ਕਰੈਕਟਰ ਜਿਹੜਾ ਆਇਆ ਥੋਨੂੰ ਬਰੂਟਸ ਦਾ ਜੂਲੀਅਸ ਸੀਜ਼ਰ ਦੇ ਵਿੱਚੋਂ ਜਾਂ ਫਿਰ ਜਿਹੜਾ ਹੈ ਲਿਖਿਆ ਹੈ ਕਿ ਜੂਲੀਅਸ ਸੀਜ਼ਰ ਅ ਹੀਰੋਸੀ ਦਾ ਪਲੇ ਦਾ ਠੀਕ ਹੈ ਇਹ ਦੋਨੋਂ ਕਰੈਕਟਰ ਆਏ ਨੇ ਬਰੂਟਸ ਦਾ ਤੇ ਜੂਲੀਅਸ ਸੀਜ਼ਰ ਦਾ ਇੰਪੋਰਟੈਂਟ ਹੈ ਮੈਂ ਕਰਵਾਏ ਹੋਏ ਨੇ ਉਸ ਤੋਂ ਬਾਅਦ ਜਿਹੜਾ ਹੈ ਰੈਫਰੈਂਸ ਟੂ ਕਨਟੈਕਸਟ ਕਰਨੀ ਹੈ ਠੀਕ ਹੈ ਇੱਕ ਜਿਹੜਾ ਹੈ ਆਪਾਂ ਨੇ ਕਰਨਾ ਆਪਾਂ ਨੂੰ ਦੋ ਦਿੱਤੇ ਹੋਏ ਨੇ ਸਿਰਫ ਇੱਕ ਹੀ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਫੋਰਥ ਜਿਹੜਾ ਹੈ ਕੁਐਸਚਨ ਆਪਾਂ ਨੂੰ ਆਇਆ ਹੈ ਸ਼ੀ ਇਸ ਟੂਪਸ ਟੂ ਕਨਕੁਅਰ ਸਬਟਾਈਟਲ ਜਿਹੜਾ ਹੈ ਦਾ ਮਿਸਟੇਕਸ ਆਫ ਦਾ ਨਾਈਟ ਇਹਦਾ ਟਾਈਟਲ ਜਸਟੀਫਾਈ ਕਰਨਾ ਹੈ ਇਹ ਕੁਐਸਚਨ ਵੀ ਮੈਂ ਕਰਵਾ ਚੁੱਕੀ ਹਾਂ ਜਿਨ੍ਹਾਂ ਨੇ ਚੈੱਕ ਆਊਟ ਨਹੀਂ ਕੀਤਾ ਜੁਲੀਅਸ ਸੀਜ਼ਰ ਵਾਲਾ ਚੈਪਟਰ ਜੁਲੀਅਸ ਸੀਜ਼ਰ ਜਿਹੜਾ ਹੈ ਉਹ ਵੀ ਮੈਂ ਕਰਵਾ ਚੁੱਕੀ ਹਾਂ ਅਤੇ ਨਾਲ ਹੀ ਟਾਈਟਲ ਜਿਹੜਾ ਹੈ ਸ਼ੀ ਇਸ ਟੂਪਸ ਟੂ ਕਨਕਰ ਦਾ ਥੀਮ ਟਾਈਟਲ ਮੈਂ ਕਰਵਾ ਚੁੱਕੀ ਹਾਂ ਇਸ ਤੋਂ ਲਾਵਾ ਇਨ ਨੇ ਔਰ ਦੀ অপਸ਼ਨ ਪਾ ਕੇ ਦਿੱਤਾ ਹੈ ਮਾਰਲੋ ਦਾ ਕਰੈਕਟਰ ਸਕੈਚ ਸ਼ੀ ਇਸ ਟੂਕ ਟੂ ਕਨਕਰ ਤਾਂ ਜਿਹੜਾ ਬੈਸ਼ਫੁਲ ਮਾਰਲੋ ਸੀਗਾ ਠੀਕ ਹੈ ਛੋਟਾ ਮਾਰਲੋ ਸਰ ਮਾਰਲੋ ਦਾ ਸਰ ਚਾਰਲਸ ਮਾਰਲੋ ਦਾ ਜਿਹੜਾ ਬੇਟਾ ਹੁੰਦਾ ਉਸ ਦਾ ਆਪਾਂ ਨੇ ਕਰੈਕਟਰ ਜਿਹੜਾ ਹੈ ਲਿਖਣਾ ਹੈ ਫਾਈਨ ਹੈ ਉਸ ਤੋਂ ਬਾਅਦ ਜੇ ਰੈਫਰੈਂਸ ਟੂ ਕੰਟੈਕਸਟ ਆਏਗਾ ਇਹ ਵੀ ਇਹ ਦੇ ਵਿੱਚੋਂ ਹੀ ਆਏਗਾ ਠੀਕ ਹੈ ਸ਼ੀ ਇਸ ਟੂਕ ਟੂ ਕਨਕਰ ਦੇ ਵਿੱਚੋਂ ਦੋ ਆਣਗੇ ਦੋਨਾਂ ਚੋਂ ਇੱਕ ਕਰਨਾ ਹੈ ਯੂਨਿਟ 3 ਦੇ ਵਿੱਚ ਆਏ ਹੋਏ ਨੇ ਸਾਰੇ ਦੇ ਸਾਰੇ ਕੁਝ ਨਹੀਂ ਇੰਪੋਰਟੈਂਟ ਨੇ ਜੁਲੀਅਸ ਸੀਜ਼ਰ ਵਾਲੇ ਤੋਂ ਵਿੱਚੋਂ ਆਇਆ ਕਿ ਸੈਨੇਟ ਜਿਹੜਾ ਸੀਗਾ ਵਾਈ ਡਸ ਸੀਜ਼ਰ ਡਿਸਾਈਡ ਟੂ ਗੋ ਟੂ ਸੈਨੇਟ ਡਿਸਪਾਈਟ ਹਿਸ ਵਾਈਫਸ ਵਾਰਨਿੰਗਸ ਤਾਂ ਸੀਜ਼ਰ ਜਿਹੜਾ ਹੈ ਸੈਨੇਟ ਕਿਉਂ ਜਾਂਦਾ ਜਦਕਿ ਉਸ ਦੀ ਵਾਈਫ ਨੇ ਜੜੀਆਂ ਵਾਰਨਿੰਗਸ ਵੀ ਦਿੱਤੀਆਂ ਸੀ ਵਾਈ ਡਸ ਕੈਸ਼ੀਅਸ ਹੇਟ ਸੀਜ਼ਰ ਕਿਉਂ ਹੇਟ ਕਰਦਾ ਸੀ ਇਹ ਵੀ ਕੁਐਸਚਨ ਥੀਮ ਦੇ ਵਿੱਚੋਂ ਹੀ ਬਣਾਏ ਹੋਏ ਨੇ ਸਾਰੇ A ਟੂ Z ਮੈਂ ਕਰਵਾਇਆ ਹੋਇਆ ਉਹਦੇ ਵਿੱਚੋਂ ਹੀ ਲਿਖ ਲੋ Why does Antony shake hands with the conspirators? क्यों ज हथ मिला लेंदा है, क्योंकि वो वह कहें कि हाँ हाँ मैं थोड़े बारे कुछ नहीं बोलता लेकिन बाद की है जड़ा है उसके फ्यूनरल उत्ते बोलता हूँ है ना How are Octavius and Caesar related? Octavius ते Caesar जड़े ने जड़ा है अपन पता है कि है का एक तरह गोद लिया हुआ मुंडा होंगे ਕਮੈਂਟ ਦਾ ਪ੍ਰਲੋਗ ਦਾ ਪਲੇ ਸ਼ੀ ਸਟੂਪਸ ਟੂ ਕਨਕਰ ਤਾਂ ਇਹਦਾ ਪ੍ਰਲੋਗ ਜਿਹੜਾ ਹੈ ਇਸ ਦੇ ਉੱਤੇ ਜਿਹੜਾ ਹੈ ਆਪਾਂ ਨੇ ਕਮੈਂਟ ਕਰਨਾ ਹੈ ਵਟ ਵਟ ਰੋਲ ਡਸ ਮਿਸ ਨੇਵਲੇ ਪਲੇ ਇਨ ਦਾ ਡਰਾਮਾ ਹੁਣ ਮਿਸ ਨੇਵਲੇ ਕੌਣ ਹੁੰਦੀ ਹੈ ਠੀਕ ਹੈ ਇਹਦੇ ਬਾਰੇ ਲਾਈਨਸ ਇਹ ਵੀ ਆਪਾਂ ਆਲਰੇਡੀ ਕਵਰ ਕਰ ਚੁੱਕੇ ਆਂ ਇਹ ਪੂਰੇ ਲੰង ਕੁਐਸਚਨ ਚ ਮੈਂ ਹਰ ਇੱਕ ਚੀਜ਼ ਤੁਹਾਨੂੰ ਕਵਰ ਕਰਵਾਈ ਹੈ ਤਾਂ ਹੀ ਤਾਂ ਹੀ ਤੁਹਾਨੂੰ ਚਾਰ ਪੰਜ ਦਾ ਕੁਐਸਚਨ ਕਰਵਾਇਆ ਹਾਊ ਇਜ਼ ਸ਼ੀ ਸਟੂਪਸ ਟੂ ਕਨਕਰ ਆਸ ਸਟਾਇਰ ਠੀਕ ਹੈ ਤਾਂ ਇਹ ਕਿਦਾਂ ਇੱਕ ਸਟਾਇਰ ਹੈ सेटायर दी स्पेलिंग ਇੱਥੇ ਗਲਤ ਪਾਏ ਹੋਏ ਨੇ ਇਹਨਾਂ ਨੇ ਠੀਕ ਹੈ ਕਮੈਂਟ ਬਰੀਫਲੀ ਓਨ ਦਾ ਪਲੋਟ ਕੰਸਟਰਕਸ਼ਨ ਆਫ ਦਾ ਪਲੇ ਸ਼ੀ ਇਸ ਟੂਕਸ ਟੂ ਕਨਕਰ ਦਾ ਪਲੋਟਿੰਗ ਕਰਨੀ ਹੈ ਪਲੋਟ ਸਟਰਕਚਰ ਦੱਸਣਾ ਹੈ ਡਿਫਾਈਨ ਪੈਥੋਸ ਕਾਮਿਕ ਰਿਲੀਫ ਅਸਾਈਡ ਡਰਾਮ ਐਂਡ ਥੀਟਰ ਮਿਰਕਲ ਪਲੇਸ ਠੀਕ ਹੈ ਡਿਫਾਈਨ ਮਿਰਕਲ ਪਲੇਸ ਰੈਨਾਈਸੈਂਸ ਹੋ ਗਿਆ ਵਟ ਇਜ਼ ਨਿਊ ਕਲਾਸਿਕਲ ਪੋਇਟਰੀ ਠੀਕ ਹੈ ਸੋ ਇਹ 15 ਕੁਐਸਚਨ ਆਣਗੇ ਤੁਹਾਨੂੰ ਦੋ ਦੋ ਨੰਬਰ ਦੇ ਮਤਲਬ 3 ਨੰਬਰਾਂ ਦਾ ਇੱਥੋਂ ਆਏਗਾ ਤੇ ਜਿਹੜੇ ਰੈਗੂਲਰ ਵਾਲੇ ਨੇ ਆਈ ਗੈਸ ਉਹਨਾਂ ਨੂੰ ਜਿਹੜਾ ਹੈ ਤਿੰਨ ਤਿੰਨ ਨੰਬਰਾਂ ਦਾ ਇੱਥੋਂ ਆਏਗਾ ਬਾਕੀ ਜਿਹੜਾ ਹੈ ਇੱਥੋਂ ਦੀ ਨਾ ਮਿਟਿਆ ਹੋਇਆ ਹੈ 7 ਨੰਬਰ ਦਾ ਤੁਹਾਨੂੰ ਇਹ ਆਏਗਾ ਇਹ ਵਾਲਾ ਕੁਐਸਚਨ ਠੀਕ ਹੈ ਉਸ ਤੋਂ ਬਾਅਦ ਆਈ ਗੈਸ ਕਿ ਇਹ 4 4 ਨੰਬਰ ਦਾ ਹੋਏਗਾ ਤੁਹਾਨੂੰ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ